निकी निकी कणक दुआबे दी जड़ गिता नि पाउरन बाबे नि पाउरन सावन वीर कठियां करे पादो चंदरी बिछोड़े पावे सावन वीर कठियां करे ਜਿਹੜੀਆਂ ਪਹਿਲਾਂ ਤੀਆਂ ਹੁੰਦੀਆਂ ਸੀਗੀਆਂ ਉਹ ਇਦਾਂ ਹੀ ਜਿਵੇਂ ਅੱਜ ਮਨਾਈਆਂ ਸੀ ਇਸ ਪਿੰਡ ਦੇ ਵਿੱਚ ਉਦਾਂ ਹੀ ਮਨਾਉਂਦੇ ਸੀਗੇ ਅੱਜ ਤੋਂ 25-30 ਸਾਲ ਪਹਿਲਾਂ ਕਿ ਹੁਣ ਸਮੇਂ ਦੇ ਹਿਸਾਬ ਦੇ ਨਾਲ ਇਹ ਸਾਰੇ ਤਿਉਹਾਰਾਂ ਦੇ ਵਿੱਚ ਬਦਲਾ ਆ ਗਿਆ ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਨਿੱਤੇ ਆਉਣਾ ਜਾਣਾ ਉਹਦਾ ਕੰਮ ਸਰਕਾਰੀ ਛੁੱਟੀ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰ ਪ੍ਰੋਗਰਾਮ ਰੰਗ ਪੰਜਾਬ ਦੇ ਅਤੇ ਸਾਉਣ ਦਾ ਮਹੀਨਾ ਚੱਲ ਰਿਹਾ ਅਤੇ ਜਦੋਂ ਵੀ ਸਾਉਣ ਦਾ ਮਹੀਨਾ ਆਉਂਦਾ ਤਾਂ ਪੰਜਾਬ ਦੇ ਵਿੱਚ ਕਈ ਮੇਲੇ ਤਿਉਹਾਰ ਆ ਜਾਂਦੇ ਨੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮਸ਼ਹੂਰ ਹੈ ਉਹ ਹੈਗਾ ਤੀਆਂ ਦਾ ਤਿਉਹਾਰ ਕਿਉਂਕਿ ਸਾਉਣ ਦੇ ਮਹੀਨੇ ਦੇ ਵਿੱਚ ਅਕਸਰ ਜੇਕਰ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਕੁੜੀਆਂ ਇਕੱਠੀਆਂ ਹੋ ਕੇ ਜੋ ਪਹਿਲੇ ਸਾਲ ਜਿਨ੍ਹਾਂ ਦਾ ਵਿਆਹ ਹੁੰਦਾ ਉਹ ਆਪਸ ਆਪਣੇ ਪੇਕੇ ਘਰ ਆ ਕੇ ਇੱਕ ਜਗ੍ਹਾ 'ਤੇ ਇਕੱਠੀਆਂ ਹੁੰਦੀਆਂ ਅਤੇ ਬੋਲੀਆਂ ਪਾ ਕੇ ਆਪਣੇ ਦਿਲ ਦੀ ਪੜਾਸ ਕੱਢਦੀਆਂ ਨੇ ਭਾਵੇਂ ਬਦਲਦੇ ਸਮੇਂ ਦੇ ਨਾਲ ਨਾਲ ਇਹਨਾਂ ਤਿਉਹਾਰਾਂ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਆ ਗਿਆ ਪਰ ਫਿਰ ਵੀ ਅੱਜ ਕਈ ਸੰਸਥਾਵਾਂ ਦੇ ਵੱਲੋਂ ਕਈ ਪਿੰਡਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਤਿਉਹਾਰ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇ ਅਤੇ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਸੋ ਇਸੇ ਸਿਲਸਿਲੇ ਵਿੱਚ ਅੱਜ ਅਸੀਂ ਆਏ ਹੋਏ ਪਿੰਡ ਘੜੂਆਂ ਜੋ ਕਹਿ ਦਈਏ ਮਰਿੰਡਾ ਦੇ ਨਜ਼ਦੀਕ ਪੈਂਦਾ ਅਤੇ ਇੱਥੇ ਪਿੰਡ ਦੇ ਸੰਸਥਾਵਾਂ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਵੱਲੋਂ ਤੀਆਂ ਦਾ ਤਿਉਹਾਰ ਜਿਹੜਾ ਆ ਉਹ ਇੱਥੇ ਮਨਾਇਆ ਜਾ ਰਿਹਾ ਸੋ ਚੱਲਦੇ ਹਾਂ ਉੱਥੇ ਅਤੇ ਨਾਲੇ ਬੋਲੀਆਂ ਸੁਣਦੇ ਹਾਂ ਅਤੇ ਨਾਲੇ ਦੇਖਦੇ ਹਾਂ ਕਿ ਕਿਵੇਂ ਦਾ ਇੱਥੇ ਜਿਹੜਾ ਤੀਆਂ ਦੇ ਸੰਬੰਧ ਵਿੱਚ ਰੰਗ ਬੰਨਿਆ ਜਾ ਰਿਹਾ Thank you.
ਭੰਗੜੇ ਨੂੰ ਜਾਣਦਾ ਜਹਾਨ ਵੇ ਸਾਡੇ ਹਾਏ ਸਾਡੇ ਭੰਗੜੇ ਨੂੰ ਜਾਣਦਾ ਜਹਾਨ ਵੇ ਹਾਏ ਸਾਡੇ ਭੰਗੜੇ ਨੇ ਲੁੱਟਿਆ ਜਹਾਨ ਵੇ ਸਾਡੇ ਭੰਗੜੇ ਸਾਡੇ ਨੂੰ ਜਾਣਦਾ ਜਹਾਨ ਸਾਡੇ ਭੰਗੜੇ ਨੂੰ ਹਾਏ ਸਾਡੇ ਨੂੰ ਜਾਣਦਾ ਵੇ ਸਾਡੇ ਭੰਗੜੇ ਨੇ ਲਾ ਦੇਖਣ ਚੱਲੇ ਜੱਟਾਂ ਦੇ ਪੁੱਤ ਲਾ ਦੇਖਣ ਚੱਲੇ ਜੱਟਾਂ ਦੇ ਪੁੱਤ ਰਹਿੰਦੀ ਗਾਣ ਵਾਲੇ ਦਾ ਮੂੰਹ ਭਾਵਾਂ ਨੱਚ ਗਏ ਕਿਵੇਂ ਭਾਵਾਂ ਨੱਚ ਗਏ ਬੋਲੀ ਅੱਜ ਦੀਆਂ ਜਿਹੜੀਆਂ ਤੀਆਂ ਨੇ ਐਸੇ ਲੋਟ ਹੁੰਦੀਆਂ ਸੀ ਬੇਟਾ ਅੱਗੇ ਵੀ ਬਹੁਤ ਜ਼ਿਆਦਾ ਐਸੇ ਲੋਟ ਚੱਲਦੀਆਂ ਸੀ ਜਿਹੜੀਆਂ ਪਹਿਲਾਂ ਸਟੇਜ 'ਤੇ ਲੱਗਦੀਆਂ ਸੀ ਉਹ ਤੀਆਂ ਨਹੀਂ ਸੀ ਜਿਹੜੀਆਂ ਅੱਜ ਲੱਗੀਆਂ ਤੀਆਂ ਇਹ ਬਹੁਤ ਜ਼ਿਆਦਾ ਵਧੀਆ ਨੇ ਹਾਂ ਪੁੱਤ ਬਹੁਤ ਵਧੀਆ ਹੋ ਰਿਹਾ ਐਤਕੀ ਤਾਂ ਬਹੁਤ ਜ਼ਿਆਦਾ ਵਧੀਆ ਅੱਗੇ ਵਾਲੇ ਮਾਹੌਲ ਦਾ ਆਹੀ ਬਸ ਇੱਕ ਜਰਨੈਲ ਸਿੰਘ ਨੇ ਕਰਾਉਣ ਲੱਗਿਆ ਇਹੀ ਵਧੀਆ ਨੇ ਹਾਂ ਇਹ ਬਹੁਤ ਜ਼ਿਆਦਾ ਵਧੀਆ ਨੇ ਇਹਨੇ ਕੱਲ੍ਹ ਛੇੜੀਆਂ ਨੇ ਸਭ ਖਤਮ ਤੀ ਹੁਣ ਇਸ ਸਾਲ ਬਦਲਾਅ ਹੋਇਆ ਅੱਗੇ ਕਦੇ ਨਹੀਂ ਹੋਇਆ ਸਾਰੀ ਮੈਂ ਤਾਂ ਹੀ ਤਾਂ ਝੂਟੀ ਹੈ ਹੁਣ ਕਿਹੜਾ ਮੁੜ ਕੇ ਝੂਟਣੀਆਂ ਪੁੱਤ ਤਿੰਨ ਸਾਲ ਹੋ ਗਏ ਚੱਟੀ ਚੱਕੀ ਤੀ ਜਦ ਵੀ ਆਪਾਂ ਪਹਿਲੇ ਨੰਬਰ 'ਤੇ ਆਏ ਸੀ ਨਹੀਂ ਬੇਟਾ ਉਹਦੇ ਵਿੱਚ ਅਸੀਂ ਆਪਦੇ ਘਰਾਂ 'ਚ ਪੀਂਘਾਂ ਝੂਟਦੇ ਤੇ ਉੱਥੇ ਮੁਕਾਬਲਾ ਬਹੁਤ ਹੁੰਦਾ ਸੀ ਛੋਟੇ ਹੁੰਦਿਆਂ ਨੂੰ ਮਾਂ ਬਾਪ ਕਿਤੇ ਜਾਣ ਨਹੀਂ ਦੇ ਦਿੰਦੇ ਆਪਦੇ ਵਿਹੜਿਆਂ 'ਚ ਪੀਂਘਾਂ ਝੂਟਦੇ ਸੀ ਜੇ ਕੋਈ ਤੀਆਂ ਲਗਾਊਗਾ ਤਾਂ ਆਪਾਂ ਦੇਖਾਂਗੇ ਜੇ ਹਟ ਗਈਆਂ ਤੀਆਂ ਫਿਰ ਸਭ ਨੇ ਭੁੱਲ ਜਾਣਾ ਸਿਰ ਤਾਂ ਸਭ ਨੇ ਭੁੱਲ ਜਾਣਾ ਘੜੂਏ 'ਚ ਹੁਣ ਤੀਆਂ ਲੱਗਣ ਲੱਗੀਆਂ ਨੇ ਸਭ ਨਿਆਣਿਆਂ ਨੂੰ ਪਤਾ ਲੱਗ ਗਿਆ ਵੀ ਤੀਆਂ ਸਲੋਟ ਹੁੰਦੀਆਂ ਨੇ ਛੋਟੇ ਛੋਟੇ ਬੱਚੇ ਵੀ ਇੰਨਾ ਨੱਚਦੇ ਨੇ ਬਹੁਤ ਜ਼ਿਆਦਾ ਸਾਉਣ ਵੀਰ ਇਕੱਠੀਆਂ ਕਰੇ ਪਾਦੋਂ ਚੰਦਰੀ ਵਿਛੋੜੇ ਪਾਵੇ ਸਾਉਣ ਵੀਰ ਇਕੱਠੀਆਂ ਕਰੇ ਇੱਕ ਹੋਰ ਪਾ ਦਿੰਦੀ ਹਾਂ ਬੋਲੀ ਤਾਂ ਸਾਉਣ ਮਹੀਨੇ ਮੇਘ ਲਵਰਸੇ ਸਾਉਣ ਮਹੀਨੇ ਪਿਲਵਰਸੇ ਤੀਆਂ ਦੇ ਦਿਨ ਆਏ ਨੀ ਆ ਦਿਨ ਤੀਆਂ ਦੇ ਦਿਨ ਆਏ ਨੀ ਆ ਦਿਨ ਤੀਆਂ ਦੇ ਬੀਬਾ ਆਉਣ ਨੇਰੀਆਂ ਬੀਬਾ ਜਾਣ ਨੇਰੀਆਂ ਸਾਰੇ ਪਿੰਡ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ ਸਾਰੇ ਪਿੰਡ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ ਬਿੱਲੋ ਆਉਣ ਨੇਰੀਆਂ ਬਿੱਲੋ ਜਾਣ ਨੇਰੀਆਂ ਬਿੱਲੋ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ ਬਿੱਲੋ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
त्यौहार के बारे असं बहुत खुश हाँ। असं पूरा इंजॉय किया, पूरा मनोरंजन किया। ये मेरे पेक्यां दे पिंड का त्यौहार सीगा तियां दा। असं अज बहुत इंजॉय किया, बहुत खुश हैं सारे। हाँ जी, अलोप होंदे जा रहे हैं कि जिहड़ी ये गिद्धा भंगड़े का जिहड़ा थां है ये डीजिया ने लै लिया है। ये डीजिया ने इस सारी साडी जिहड़ी विरासत है खत्म कर दिती है। ये साडा जिहड़ा सभ्याचारक है ये अलोप होंदा जा रहा। हुण तक काफ़ी बदलाव आ गया। जिहड़ियां पहलां तियां होंदियां सीगियां ਉਹ ਇਦਾਂ ਹੀ ਜਿਵੇਂ ਅੱਜ ਮਨਾਈਆਂ ਸੀ ਇਸ ਪਿੰਡ ਦੇ ਵਿੱਚ ਉੱਦਾਂ ਹੀ ਮਨਾਉਂਦੇ ਸੀਗੇ ਅੱਜ ਤੋਂ 25-30 ਸਾਲ ਪਹਿਲਾਂ। ਕਿ ਹੁਣ ਸਮੇਂ ਦੇ ਹਿਸਾਬ ਦੇ ਨਾਲ ਇਹ ਸਾਰੇ ਤਿਉਹਾਰਾਂ ਦੇ ਵਿੱਚ ਬਦਲਾਅ ਆ ਗਿਆ। ਦੇਖੋ ਮੇਰੀ ਏਜ ਇਸ ਟਾਈਮ 58 ਹੈ, ਪਰ ਸਾਡੇ ਕੋਲ ਹੁਣ ਵੀ ਸਾਰੀਆਂ ਬੋਲੀਆਂ ਮੌਜੂਦ ਆ ਜਿਹੜੀਆਂ ਅੱਜ ਤੋਂ 30-35 ਸਾਲ ਪਹਿਲਾਂ ਸੀਗੀਆਂ। ਹਾਂਜੀ, ਅਸੀਂ ਹੁਣ ਵੀ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੂਰਾ ਰੱਖਿਆ ਹੋਇਆ। ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ, ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ, ਨਿੱਤੇ ਆਉਣਾ ਜਾਣਾ ਉਹਦਾ ਕੰਮ ਸਰਕਾਰੀ, ਛੁੱਟੀ ਨਹੀਂ ਮਿਲਦੀ ਹਾਲ ਵਾਏ ਮੇਰੀਏ, ਦੱਸ ਕਿਦਾ ਕੱਢਾਂ ਰੁਮਾਲ ਵਾਏ ਮੇਰੀਏ, ਦੱਸ ਕਿਦਾ ਕੱਢਾਂ ਰੁਮਾਲ ਵਾਏ ਮੇਰੀਏ। ਖੈਰ, ਮੈਂ ਆਪਣੇ ਬਾਰੇ ਦੱਸਦੀ ਹਾਂ ਕਿ ਹੁਣ ਵੀ ਮੈਂ ਆਪਣੇ ਘਰ ਜਦੋਂ ਵੀ ਕਿਚਨ ਦੇ ਵਿੱਚ ਇਕੱਲੀ ਹੋ ਕੇ ਚਾਹ ਬਣਾਉਂਦੀ ਹਾਂ ਜਾਂ ਕੁਛ, ਮੈਂ ਹੁਣ ਵੀ ਬੋਲੀਆਂ ਪਾ ਕੇ ਨੱਚ ਲੈਂਦੀ ਹਾਂ ਇਕੱਲੀ, ਆਪਣੇ ਮਨ ਦਾ ਭੜਾਸ ਘਰ ਵੀ ਇਕੱਲੀ ਕੱਢ ਲੈਂਦੀ ਹਾਂ। ਹਾਂਜੀ, ਇੱਕ ਭੜਾਸ ਕੱਢ ਦੀ ਬੋਲੀ ਹੋਈ ਹੈ। ਬਣ ਦਿਓ ਮਿੱਟੀ ਦਾ ਤੇਰੇ ਦਿਓ ਸਾਰਾ ਨਹੀਂ ਆਂਦਾ ਕੁੱਪ ਬਣ ਦਿਓ।
ਗੜੇਗੜੀ ਰੇ ਬਾਲਿਆ ਗੜ ਹੌਲੀ ਹੌਲੀ ਤੋਰ ਗੜੇਗੜੀ ਰੇ ਬਾਲਿਆ ਗੜ ਹੌਲੀ ਹੌਲੀ ਮੇਰੇ ਹਿਲਣ ਕਨਾਂ ਦੀਆਂ ਬਾਲੀਆਂ ਮੇਰੇ ਦਿਲ ਵਿੱਚ ਪੈਂਦਾ ਹਾਲ ਮੇਰਾ ਮਾਹੀ ਗੜ ਜਰਨੈਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਜਿਹੜਾ ਉਰੇ ਆਇਆ। ਜਰਨੈਲ ਸਿੰਘ ਜੀ, ਲੰਮੇ ਅਰਸੇ ਤੋਂ ਤੁਸੀਂ ਕਿਵੇਂ ਕਿ ਦੱਸਿਆ ਵੀ ਪਿੰਡ ਘੜੂਆਂ ਦੇ ਵਿੱਚ ਤੀਆਂ ਦਾ ਜਿਹੜਾ ਤਿਉਹਾਰ ਮਨਾ ਰਹੇ ਹਾਂ, ਪਰ ਗੱਲ ਇਹ ਆ ਵੀ ਬਦਲਦੇ ਸਮੇਂ ਦੇ ਨਾਲ ਨਾਲ ਕਈ ਜਿਹੜੇ ਤਿਉਹਾਰ ਨੇ ਉਹ ਆਪਣਾ ਰੂਪ ਵੀ ਬਦਲਦੇ ਜਾ ਰਹੇ ਨੇ, ਪਰ ਇੱਕ ਹੁਣ ਉਪਰਾਲਾ ਕਿ ਕਿਉਂ ਨਾ ਆਪਾਂ ਇਹਨਾਂ ਚੀਜ਼ਾਂ ਨੂੰ ਸਿਰ ਵਿਸਰਨਾ ਚਾਹੀਏ, ਮੁੜ ਤੋਂ ਸੁਰਜੀਤ ਕੀਤਾ ਜਾਵੇ ਅਤੇ ਮਨਾਇਆ ਜਾਵੇ, ਕਿਉਂਕਿ ਹੁਣ ਵਕਤ ਦੀ ਜਿਹੜੀ ਜੀ ਕਮੀ ਹੈ ਅਤੇ ਲੋਕ ਇੰਨੇ ਬਿਜ਼ੀ ਹੋ ਗਏ ਕਿ ਸਭ ਕੁਝ ਵਿਸਰ ਜਾ ਗਿਆ। ਅਤੇ ਤੁਸੀਂ ਲੰਮੇ ਸਮੇਂ ਤੋਂ ਇਹ ਤੀਆਂ ਦਾ ਜਿਹੜਾ ਤਿਉਹਾਰ ਆ ਪਿੰਡ ਦੇ ਵਿੱਚ ਇਹ ਆਪਣੇ ਕਰਵਾਉਂਦੇ ਆ ਰਹੇ ਹੋ ਅਤੇ ਅੱਜ ਵੀ ਕਰਵਾਇਆ ਜਾ ਰਿਹਾ, ਅਤੇ ਕਿਵੇਂ ਦਾ ਮਾਹੌਲ ਹੁੰਦਾ ਹੈ ਅਤੇ ਕਿਵੇਂ ਦਾ ਲੋਕਾਂ ਦੇ ਵੱਲੋਂ ਇਸ ਨੂੰ ਜਿਹੜਾ ਆ ਰਿਸਪੋਂਸ ਦਿੱਤਾ ਜਾਂਦਾ? ਇਹ ਜੀ ਅਸੀਂ ਨਾ ਆਪਣਾ ਬਚਪਨ ਮਾਂ ਸਾਰਾ ਅਸੀਂ ਇਹ ਪਿੰਗਾਂ ਆਪਣੀਆਂ ਭੈਣਾਂ ਗੱਲ ਭੂਆ ਨਾਲ ਇਹ ਪਿੰਗਾਂ ਝੂਟੀਆਂ ਝੂਟਦੇ ਹੋਏ ਜਦੋਂ ਖੂਨ ਦੇ ਵਿੱਚ ਸਾਡੇ ਰਚੀ ਵੀ ਸੀ, ਫਿਰ ਮੇਰੇ ਆਪਣੇ ਬੇਟੀ ਹੈ ਉਹਨਾਂ ਨੂੰ ਦੇਖ ਕੇ ਮੇਰੀ ਬੜੀ ਬੇਟੀ ਕਹਿੰਦੀ ਡੈਡੀ ਵੀ ਆਪਾਂ ਤੁਸੀਂ ਤੀਆਂ ਨੂੰ ਸਾਨੂੰ ਸੁਣਾਈ ਜਾਂਦਾ ਸਾਨੂੰ ਦਿਖਾ ਤਾ ਦਿਉ ਵੀ ਕਿਸੇ ਟਾਈਮ ਸਾਨੂੰ ਦਿਖਾ ਤਾ ਦਿਉ ਵੀ ਮਹਾਂ ਵੀ ਲੈ ਵੀ ਅਸੀਂ ਉਸੀ ਸਾਲ ਚਲੋ ਮਹਾਰਾਜ ਨੇ ਕਿਰਪਾ ਕਰੀ ਹੁਕਮ ਕਰਤਾ ਉਸ ਸਾਲ ਤੋਂ ਅਸੀਂ ਬੜੇ ਮਹਾਰਾਜ ਦੇ ਧੰਨਵਾਦ ਹਾਂ। ਕੀ ਕਾਰ ਵਿਹਾਰ ਕਰਦੇ ਹੋ ਚੰਗਾ ਅੱਜ ਚੰਗੀਆਂ ਇਕੱਠ ਹੋਇਆ ਹੋਇਆ ਪਿੰਡ ਦਾ? ਇਹ ਮਹਾਰਾਜ ਨੇ ਕਿਰਪਾ ਕਰੀ ਆ ਸਾਡੇ ਪਿੰਡ ਦਾ ਸੰਯੋਗ ਆ ਇਹ, ਸਾਡੇ ਪਿੰਡ ਦਾ ਬੜੇ ਧੀਆਂ ਦਾ ਭੈਣਾਂ ਦਾ ਸਾਡੇ ਬਜ਼ੁਰਗਾਂ ਦਾ ਬਹੁਤ ਸਹਿਯੋਗ ਮਿਲਿਆ, ਉਹ ਤੋਂ ਅਸੀਂ ਜਿੰਨਾ ਵੀ ਹੈ ਇਕੱਠ ਉਹਨਾਂ ਦਾ ਸਾਡਾ ਨਹੀਂ ਹੈ, ਇਹ ਆਪਣਾ ਉਹਨਾਂ ਨੇ ਜੋ ਸ਼ੁਰੂਆਤ ਹੀ ਉਹ ਸਾਨੂੰ ਦਿੱਤੀ ਵੀ ਤੀ ਬਜ਼ੁਰਗਾਂ ਦੀ। ਕੀ ਕਾਰ ਵਿਹਾਰ ਕੀ ਕਰਦੇ ਹੋ? ਕਾਰੋਬਾਰ ਤਾਂ ਬਸ ਕੁਛ ਨਹੀਂ ਹੈ, ਮਾੜਾ ਮੋਟਾ ਬਿਸਕੁਟ ਜੇ ਆ, ਥੋੜ੍ਹਾ ਜਿਹਾ ਇੱਕ ਛੋਟਾ ਜਿਹਾ ਨੋਟ ਜਿਹਾ ਦੇ ਦੀ ਦਾ ਮਾੜਾ ਜਿਹਾ, ਬਸ ਬਹੁਤਾ ਨਹੀਂ ਹੈ, ਇਹ ਤਾਂ ਜਿੰਨਾ ਕੁ ਸਰਦਾ ਸਾਤੇ ਗਰੀਬੀ ਮਾਂ। ਤੁਸੀਂ ਦੱਸਿਆ ਲੰਮੇ ਸਮੇਂ ਤੋਂ ਮਨਾ ਰਹੇ ਹੋ, ਫਿਰ ਹੋਰ ਵਧਾ ਕੀਤਾ ਇਹ 'ਚ ਵਾਧਾ ਜਾਂਦਾ ਕੰਮ? ਵਾਧਾ ਜਾਂਦਾ ਜੀ, ਮਾੜਾ ਮੋਟਾ ਮਿੱਠਾ ਚੌਲ ਚੂਲ ਜੇ ਕਰਜੀ ਦੇ ਜੀ ਵਾਧਾ ਹੀ ਆ ਜੀ ਹਰ ਸਾਲ। ਇਸ ਵਾਰ 3 ਦਿਨ ਦਾ ਕਰਿਆ, ਅਗਲੀ ਵਾਰ ਨੂੰ ਇੱਕ ਹਫ਼ਤੇ ਦਾ ਕਰੂੰਗੇ ਵੀ ਹੋਰ ਤਿਆਰੀ ਵਧੀਆ ਤਰੀਕੇ ਨਾਲ ਕਰੂੰਗੇ। Thank you.
ठीक है। सौण महीना का हो गया, रज गई मझा गाइया, तिया तीज दिया वरिया पिछों आई पूरा तुसी भी आनंद माणिया होगा अज तिया के त्यौहार का। पर बिच ये बोली जी कहती है भावें हर साल जोड़ा तिया का त्यौहार आता, पर फिर भी इंज लगता है कि इन्हें एक साल बीतद्या बीतद्या 365 दिन बीतद्या बीतद्या किन्ने ही वरे लंघ गए हुण, क्योंकि मसा एक जाके मौका मिलता जो दिल के जोड़े वलवले ने वो एक थान पर इकट्ठिया होकर कुड़िया उन्होंने बोलिया के राही पेश कर दें। सो बहुत सोहना प्रोग्राम जोड़ा पिंड घड़ूए के यह किया गया, बोलियां पाइया, उम्मीद करदा कि तुम भी इसका पूरा आनंद माणिया होगा। सो पंजाब का रंग लैके एक फिर प्रोग्राम के तुहाडे सामने फिर तो हाजिर होवांगे। जद तक मैनू करणवीर सिंह नूं दिओ इजाजत, तुसीं बने रहो विजन पंजाब दे नाल, हर कदम तुहाडे नाल। सत श्री अकाल।